ਬੱਚਿਆਂ ਨੂੰ ਅਗਵਾ ਕਰ ਹਰਿਆਣਾ ਵਿੱਚ ਵੇਚਣ ਵਾਲੇ ਗਿਰੋਹ ਦਾ ਇੱਕ ਨਾਬਾਲਗ ਮੈਂਬਰ ਲੋਕਾਂ ਦੇ ਹੱਥੇ ਚੜ ਗਿਆ ਤੇ ਲੋਕਾਂ ਨੇ ਇਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੇ ਦੋਸ਼ੀ ਨੇ ਖੁਦ ਆਪਣਾ ਗੁਨਾਹ ਕਬੂਲਦਿਆਂ ਕਿਹਾ ਕਿ ਗਿਰੋਹ ਉਸ ਨੂੰ ਬੱਚਾ ਚੋਰੀ ਕਰਨ ਦੇ ਬਦਲੇ 5,000 ਰੁਪਏ ਦਿੰਦਾ ਸੀ। ਫੜੇ ਗਏ ਚੋਰ ਨੇ ਇਹ ਵੀ ਮੰਨਿਆ ਕਿ ਉਸ ਦੇ ਗਿਰੋਹ ਵਿੱਚ 5 ਮੈਂਬਰ ਸਨ ਜੋ ਕਿ ਬੱਚਿਆਂ ਨੂੰ ਹਰਿਆਣਾ ਲਿਜਾ ਕੇ ਵੇਚ ਦਿੰਦੇ ਸੀ। ਅਸੀਂ 5 ਬੰਦੇ ਆਗੇ, ਜਿਹੜੇ 2 ਜਵਾਕ ਸੀਗੇ ਉਹਨਾਂ ਨੇ ਮੈਨੂੰ ਆਖਿਆ ਜੀ ਰੁਪਈਆ 5,000 ਦੇਵਾਂਗੇ। ਆਹ ਜਵਾਕ ਚੱਕ ਕੇ ਲਿਆਏ, ਕਹਿੰਦੇ ਬਾਕੀ ਬੰਦੇ ਢਹਿ ਕੇ ਆਹ ਗੱਲਬਾਤ ਆ ਹਰੇ ਨਹੀਂ ਜੋ ਵੇਚ ਕਰਨੀ। ਤੇਰਾ ਪਿੰਡ ਕਿਹੜਾ ਜੀ? ਤੇਰਾ ਪਿੰਡ ਕਿਹੜਾ? ਹਰਿਆਣੇ ਚ ਸਾਰੀ ਗੱਲ ਬਾਤ ਆਪਦੇ ਮੂੰਹ ਨਾਲ ਦੱਸੀ। ਜਵਾਕ ਸੀਗੇ ਦੋ, ਕਹਿੰਦੇ ਚੱਕ ਕੇ ਲਿਆ ਤੈਨੂੰ ਰੁਪਈਆ 5,000 ਦੇ ਦਾਂਗੇ। ਹੈਂ ਉਹ ਬਾਕੀ 4 ਬੰਦੇ ਢੈਬੀ ਨੇ, ਉਹ ਢੈਬੀ ਤੋਂ ਚੱਕੀ ਜਾਂਦੇ ਨੇ ਬੰਦੇ, ਹਰਿਆਣੇ ਚ ਵੇਚ ਕੇ ਆਉਂਦੇ ਨੇਗੇ। ਅੰਦਰ ਦਾ ਪਤਾ ਲੱਗ ਜਦੋਂ ਬਾਹਰ ਹੀ ਗਈ ਉਦਾਂ ਹੀ ਗਈ ਆ, ਕਹਿੰਦਾ ਵੀ ਪਤਾ ਨੀ ਉੱਥੋਂ ਲਿਆ ਜੀ ਬਸ ਘਰੇ ਲੈ ਜਾਂਦਾ, ਮੈਨੂੰ ਘਰੇ ਲਿਆਂਦਾ ਸੀ। ਅੱਛਾ, ਐ ਨੀ ਦੱਸਿਆ ਵੀ ਮੈਂ ਕਿੱਥੋਂ ਆ ਜਾਂ? ਨਾ, ਐ ਨੀ ਦੱਸਿਆ, ਉਹ ਨੀ ਦੱਸਿਆ। ਪਤਾ ਲੱਗਿਆ ਸੀ ਜਿਹੜਾ ਹੈਗਾ ਆਪਣਾ ਨਾਮ। ਹਾਂਜੀ ਸਰ, ਹਾਂਜੀ ਸਰ, ਕੀ ਮਾਮਲਾ ਸੀ? ਮਾਮਲਾ ਇਹ ਮੁੰਡਾ ਉੱਥੋਂ ਲਾਇਆ ਆਪਣਾ, ਕਦੇ ਅਜੇ ਐਡਰੈਸ ਨਹੀਂ ਦੱਸ ਰਿਹਾ ਆਪਦਾ ਪੂਰਾ, ਕਦੇ ਜੈਤੋ ਦਾ ਕਹਿੰਦਾ, ਕਦੇ ਸਮਾਨ ਦਾ ਕਹਿੰਦਾ, ਕਦੇ ਭਿੱਖੀ ਦਾ ਕਹਿੰਦਾ। ਇਹ ਅੰਡਰ ਏਜ ਹੈ, 15 ਸਾਲ ਦਾ, ਉਹ ਅਸੀਂ ਪੁੱਛ ਗਿੱਛ ਕਰ ਰਹੇ ਹਾਂ, ਜਦੋਂ ਕਲੀਅਰ ਹੋਊਗਾ ਫਿਰ ਤੁਹਾਨੂੰ ਦੱਸ। ਮੁਕੱਦਮਾ ਦਰਜ ਕਰ ਲਿਆ ਸੀ, ਬੱਚੇ ਵੀ ਰਿਕਵਰ ਹੋ ਗਏ ਨੇ। ਮੁਕੱਦਮਾ 109 ਨੰਬਰ ਮੁਕੱਦਮਾ। ਕੀ ਕਰਦੇ ਸੀ ਜੀ ਅੱਗੇ ਬੱਚਿਆਂ ਦਾ? ਅਜੇ ਤਾਂ ਇਹੀ ਦੱਸ ਰਹੇ ਵੀ ਅਸੀਂ ਜੀ ਫਲਾਣੇ ਮੇਲੇ 'ਤੇ ਛੱਡਿਆ ਆਉਂਦੇ ਸੀ, ਉੱਥੇ ਐਂ ਕਰਿਆ ਆਉਂਦੇ ਸੀ, ਪਰ ਗੱਲ ਕਲੀਅਰ ਨਹੀਂ ਜੀ ਕੋਈ। ਮਤਲਬ ਜਦੋਂ ਪੂਰੀ ਪਿਕਚਰ ਸਾਫ਼ ਹੋਊਗੀ ਨਾ, ਫਿਰ ਹੀ ਆਪਾਂ ਕਿਸੇ ਨਤੀਜੇ 'ਤੇ ਪਹੁੰਚ ਸਕਦੇ। ਕੋਈ ਬੱਚੇ 2 ਜਿਹੜੇ ਹੋਏ ਸੀ, ਅੱਛਾ, ਹੋਰ ਨਹੀਂ।